शुरू तो पहला दादा बु कर दिया फिर वड्डा बड़ा कर दिया फिर मेनू शौक हो गया। तनु शौक हो गया ते इन ओए कोड़ा मार। नहीं मैं ये नहीं बताया। नहीं बजाया जी। खाली नेक्स्ट ईयर। नेक्स्ट ईयर बजाओगे? इस वक्त खाली ट्रेनिंग कर रहे हो? हां जी वाह। जी नाजरीन तुसी देख रहे हो जी यूके सुपर स्पोर्ट्स खेलों का सब तो बड़ा चैनल। यकीन जानो अज इन्नी खुशी हुई छोटा जहा बच्चा है और जड़ी दे ड्रेसिंग की थी हुई पाकिस्तान नेजाबाज क्लब। यकीन जानो मैं भी अज क्योंकि जश्न आजादी भी है साडा पाकिस्तान का कलर है ग्रीन एंड वाइट और इन्हें भी ग्रीन एंड वाइट ड्रेसिंग की थी है। अपना सब तो पहले तारुफ करो ना थोड़ा की है जैन। जैन एज कितनी है? 11। जैन पाकिस्तान कितने दे हो? क्लब ਤੁਸੀਂ ਯੂਕੇ ਦੇ ਹਰ ਇਵੈਂਟ ਤੇ ਜਾਂਦੇ ਹੋ ਜੀ ਤੇ ਕਿੰਨਾ ਕਿੰਨੀ ਵਾਰ ਜਿੱਤੇ ਹੋ ਇਸ ਵਾਰੀ? ਓਏ ਕੋਲਾ ਮਾਰ ਇੱਕ ਵਾਰੀ ਇੱਕ ਵਾਰ ਜਿੱਤੇ ਹੋ ਜੀ। ਅਸੀਂ ਜ਼ੇਨ ਨਾਲ ਗੱਲਬਾਤ ਕਰ ਰਹੇ ਸੀ ਕਿ ਕੋਲਾ ਸਨ ਤੰਗ ਕਰ ਰਿਹਾ। ਜ਼ੇਨ ਦੱਸੋ ਕਿ ਤੁਸੀਂ ਯੂਕੇ ਦੇ ਮੁਖਤਲਿਫ ਇਵੈਂਟਾਂ ਜਾਂਦੇ ਹੋ ਤੇ ਕਿਸ ਤਰ੍ਹਾਂ ਲੱਗਦਾ ਕਿ ਤੁਸੀਂ ਮਾਸ਼ਾਅੱਲਾ ਪਾਕਿਸਤਾਨ ਨਿਜ਼ਾਬਾਦ ਕਲੱਬ ਦੇ ਹਿੱਸਾ ਹੋ ਨਾਲ ਰੇਡਿੰਗ ਵੀ ਕਰਦੇ ਹੋ ਮਾਸ਼ਾਅੱਲਾ ਤੁਹਾਡੀ ਬੜੀ ਸੀ ਡਰੈਸਿੰਗ ਹੈ ਤੇ ਇਹ ਸਭ ਤੋਂ ਜ਼ਿਆਦਾ ਜੋ ਛੋਟੇ ਬੱਚੇ ਤੇ ਤੁਹਾਨੂੰ ਬਾਅਦ ਤੱਕਣਗੇ ਬੱਚਿਆਂ ਛੋਟਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਜੀ ਬੱਚੇ ਵੀ ਕਰਨ ਸ਼ੋ ਕਰਨ ਹੋ ਵੀ ਕਿੰਨਾ ਮਜ਼ਾ ਆਂਦਾ ਜੇ ਉਸ ਰਾਈਡਿੰਗ ਕਰਦੇ ਹੋ ਤੇ ਬਹੁਤ ਮਜ਼ਾ ਆਂਦਾ ਜੀ। ਤੇ ਇੰਨਾ ਵੱਡਾ ਘੋੜਾ ਕੰਟਰੋਲ ਕਿਸ ਤਰ੍ਹਾਂ ਕਰ ਲੈਂਦੇ ਹੋ? ਬਸ ਦਾਦਾ ਵੀ ਦੱਸਦੇ। ਦਾਦਾ ਵੀ ਦੱਸਦੇ ਜੀ। ਫੇਵਰਿਟ ਰੇਡਰ ਕੌਣ ਹੈ ਗੋੜੇ ਦੇ ਦੇਦਾ ਬਾਸ ਫੇਵਰਿਟ ਕੌਣ ਹੈ ਤੁਹਾਡਾ? ਮੇਰਾ ਭਰਾ ਹੈ ਉਹ ਪਤਾ ਨਹੀਂ ਕਿੱਧਰ ਗਿਆ। ਕੀ ਨਾਮ ਹੈ ਉਹਦਾ? ਅਕਬਰ। ਅਕਬਰ 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 ਫਾਲੋ ਕਰਦੇ ਹੁੰਦੇ ਦਾਦਾ ਜੀ। ਇਹ ਜਿਹੜਾ ਪਹਿਲੀ ਵਾਰ ਭਜਾਇਆ ਘੋੜਾ ਤੇ ਕੋਈ ਤੁਸੀਂ ਚੁੱਕ ਲਿਆ ਨੰਬਰ ਨਹੀਂ ਚੁੱਕਿਆ? ਨਹੀਂ ਮੈਂ ਇਹ ਨਹੀਂ ਭਜਾਇਆ। ਨਹੀਂ ਭਜਾਇਆ ਜੀ। ਖਾਲੀ ਨੈਕਸਟ ਈਅਰ। ਨੈਕਸਟ ਈਅਰ ਭਜਾਓਗੇ? ਇਸ ਵਾਰ ਖਾਲੀ ਟ੍ਰੇਨਿੰਗ ਕਰ ਰਹੇ ਹੋ ਜੀ? ਤੇ ਜਿਹੜੀ ਟ੍ਰੇਨਿੰਗ ਕਰਦੇ ਹੋ ਤੇ ਕਿੰਨੀ ਦੇਰ ਟ੍ਰੇਨਿੰਗ ਕਰਨੀ ਪੈਂਦੀ ਇਹਦੇ ਤੇ ਮਤਲਬ ਘੋੜਾ ਕੰਟਰੋਲ ਕਰਨ ਲਈ? ਜੀ 1 ਈਅਰ ਲੱਗ ਜਾਂਦਾ। ਕੁਝ ਕੁਝ ਜਲਦੀ ਸਿੱਖ ਜਾਂਦੇ ਹੋ? ਉਹ ਜਲਦੀ ਸਿੱਖ ਜਾਂਦੇ ਤੇ ਜਿਹੜੇ ਪੁਰਾਣ ਦੇ ਤੁਹਾਡੇ ਜਿੰਨੇ ਫੈਨ ਹੋਣਗੇ ਛੋਟੇ ਬੱਚੇ ਹੋਣਗੇ ਉਹਨਾਂ ਦੀ ਤਰਫੋਂ ਜ਼ੇਨ ਕੀ ਕਹਿੰਦਾ ਕਿ ਘੋੜੇ ਦੇ ਤੁਸੀਂ ਤੁਹਾਨੂੰ ਸ਼ੌਕ ਹੋਣਾ ਚਾਹੀਦਾ ਤੁਸੀਂ ਇਹਦਾ ਬਾਜ਼ੀ ਕਰੋ? ਜੀ ਸਾਰਿਆਂ ਨੂੰ ਕਹਿੰਦੇ ਹੋ? ਜੀ ਜੀ ਛੋਟੇ ਬੱਚੇ ਨੇ ਬੜਾ ਜ਼ਬਰਦਸਤ ਮੈਸੇਜ ਦਿੱਤਾ। ਉਹ ਯਕੀਨ ਮਾਨੋ 10 ਸਾਲ ਦੀ ਏਜ ਹੈ ਕਹਿੰਦਾ ਕਿ ਮੇਰਾ ਦਾਦਾ ਮੇਰਾ ਫੇਵਰਟ ਹੈ ਅਕਬਰ ਮੇਰਾ ਫੇਵਰਟ ਹੈ ਤੇ ਅਸੀਂ ਅੱਲਾ ਦਾ ਦੁਆ ਗਵਾਂ ਕਿ ਇਹਨੂੰ ਅੱਲਾ ਬਹੁਤ ਤਰੱਕੀਆਂ ਦੇਵੇ ਔਰ ਇਹਨਾਂ ਨੇ ਕਲੱਬ ਨੂੰ ਕਮਯਾਬੀਆਂ ਦੇਵੇ। ਸ਼ੁਕਰੀਆ ਜੀ। ਬਿਸਮਿਲ੍ਲਾ ਰਹਿਮਾਨ ਰਹੀਮ ਜੀ। ਅਲਹਮਦੁਲਿਲਾ ਮਾਸ਼ਾਅੱਲਾ ਵੈਰੀ ਨਾਈਸ ਇਵੈਂਟ। ਇਹ ਜਨਾਬ ਆਪਣੀ ਕਮਿਊਨਿਟੀ ਵਿੱਚ ਇਸ ਤਰ੍ਹਾਂ ਦੇ ਇਵੈਂਟ ਡੈਫੀਨਿਟਲੀ ਹੋਣੇ ਚਾਹੀਦੇ ਨੇ ਸਰ। ਟਾਈਮ ਟੂ ਟਾਈਮ ਤੇ ਗੈਟ ਟੂਗੇਦਰ ਵੀ ਹੁੰਦਾ ਹੈ ਤੇ ਨਾਲ ਆਪਣਾ ਟ੍ਰੈਡੀਸ਼ਨ ਕਸਟਮ ਵੈਲਿਊ ਉਹਨਾਂ ਦੇ ਬਾਰੇ ਚ ਵੀ ਜ਼ਰਾ ਰੀਫ੍ਰੈਸ਼ਰ ਹੋ ਜਾਂਦਾ ਹੈ। ਸਾਰੇ ਦਾ ਦਿਖਲਾਵਾ ਨਹੀਂ ਹੈ, ਇਸ ਵਾਸਤੇ ਹੌਸਲਾ ਅਫਜ਼ਾਈ ਹੈ ਕਿ ਟ੍ਰੈਡੀਸ਼ਨ ਦੀ ਵੈਲਿਊ ਦੀ ਆਪਣੀ ਇਹ ਚੀਜ਼ ਕਾਇਮ ਦਾਇਮ ਰਹਿਣੀ ਚਾਹੀਦੀ ਹੈ। ਇਸ ਤਰ੍ਹਾਂ ਭਾਈ ਆਪਣੇ ਚਾਹੇ ਢੋਲ ਸਾਜ਼ ਹੋਵਣ ਜਾਂ ਘੋੜਾ ਸਵਾਰ ਹੋਵਣ ਜਾਂ ਬਾਕੀ ਔਰਗਨਾਈਜੇਸ਼ਨ ਹੋਵੇ ਇਹਨਾਂ ਸਾਰਿਆਂ ਦਾ ਇਹਦੇ ਵਿੱਚ ਹੌਸਲਾ ਅਫਜ਼ਾਈ ਹੁੰਦੀ ਹੈ।